ਕੱਲੂ ਵਾਲੀ ਆ ਮੇਰੇ ਸਾਥੀ ਵਿੱਕੀ ਵਡੇਰਾ ਜੀ, ਜਿਵੇਂ ਕਿ ਆਪਾਂ ਜਾਣਦੇ ਹਾਂ ਜੇ 2 ਅਕਤੂਬਰ ਗਾਂਧੀ ਜਯੰਤੀ ਦਾ ਦਿਨ ਹੈ, ਉਵੇਂ ਹੀ ਸਾਡੇ ਸ਼ਹਿਰ ਦੀ ਕਮੇਟੀ ਦੇ ਵਿੱਚ ਇੱਕ ਪ੍ਰੋਗਰਾਮ ਦਾ ਉਲੀਕਿਆ ਹੋਇਆ ਵਾ, ਜਿਹਨੂੰ ਕਿ ਆਪਾਂ ਕਹਿੰਦੇ ਹਾਂ ਸਵੱਛਤਾ ਹੀ ਸੇਵਾ ਦਾ ਇੱਕ ਪੰਦਰਵਾੜਾ ਸਟਾਰਟ ਕੀਤਾ, ਜਿਹੜਾ ਕਿ 15 ਸਤੰਬਰ ਤੋਂ ਚੱਲ ਰਿਹਾ ਸੀ। ਅਤੇ ਅੱਜ ਅਲੱਗ ਅਲੱਗ ਵਾਰਡਾਂ ਦੇ ਵਿੱਚ ਉਹਨਾਂ ਨੇ ਆਪਣੀਆਂ ਸੇਵਾਵਾਂ ਦਿੱਤੀਆਂ। ਅਤੇ ਜਿਵੇਂ ਆਪਾਂ ਜਾਣਦੇ ਹਾਂ ਸਵੱਛਤਾ ਕਹਿਣਾ ਬਹੁਤ ਸੌਖਾ ਹੈ, ਜੇਕਰ ਆਪਾਂ ਸਮਾਜ ਨੂੰ ਸਵੱਛ ਰੱਖਣਾ ਤਾਂ ਆਪਣੇ ਘਰ ਪਰਿਵਾਰ ਤੋਂ ਪਹਿਲਾਂ ਸ਼ੁਰੂਆਤ ਕਰਨੀ ਪਊਗੀ। ਆਓ ਜਾਣਦੇ ਹਾਂ ਇੱਥੇ ਦੇ ਜਿਹੜੇ ਮੈਂਬਰ ਸਾਹਿਬਾਨ ਨੇ ਵੀ ਕੀ ਇਹ ਚੀਜ਼ ਦਾ ਏਜੰਡਾ ਵੈ ਅਤੇ ਕੀ ਵਾਰਡ ਦਰ ਵਾਰਡ ਦੇ ਵਿੱਚ ਉਹਨਾਂ ਦੀ ਕੀ ਉਮੀਦ ਹੈ। ਪਹਿਲਾਂ ਤਾਂ ਸਰ ਵੈਲਕਮ ਸਾਡੇ ਚੈਨਲ 'ਤੇ। ਗੁਰੂ ਸਾਹਿਬ, ਜਿਹੜਾ ਇਹ ਸਵੱਛਤਾ ਹੀ ਸੇਵਾ ਪੰਦਰਵਾੜਾ ਚੱਲਿਆ, ਇਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਇਹ ਕੀ ਚੀਜ਼ ਹੈ। ਇਹ ਜੀ ਮਤਲਬ ਕਿ ਸੈਂਟਰ ਸਰਕਾਰ ਵੱਲੋਂ ਸਵੱਛਤਾ ਭਾਰਤ ਚਲਾਇਆ ਜਾਂਦਾ ਹੈਗਾ। ਇਹ 15 ਤੋਂ ਲੈ ਕੇ 2 ਅਕਤੂਬਰ ਤੱਕ ਚੱਲ ਰਿਹਾ। ਅਲੱਗ ਅਲੱਗ ਅਸੀਂ ਵਾਰਡਾਂ ਦੇ ਵਿੱਚ ਸਫਾਈ ਕਰਾਉਂਦੇ ਹੈਗੇ ਹਾਂ। ਅੱਜ 2 ਅਕਤੂਬਰ ਕਰਕੇ ਅਸੀਂ ਅਹਿਮ ਇੱਕ ਪ੍ਰੋਗਰਾਮ ਰੱਖਿਆ ਤਾਂ ਕਿ ਸ਼ਹਿਰ ਵਾਸੀਆਂ ਨੂੰ ਕੋਈ ਸੰਦੇਸ਼ਾ ਦੇ ਸਕੇ। ਇਸ ਬਾਰੇ ਸਾਡੇ ਮਨਿੰਦਰ ਸਿੰਘ ਦੱਸੋ। ਮਨਿੰਦਰ ਜੀ ਨੇ ਸਾਡੇ ਨਾਲ, ਮਨਿੰਦਰ ਜੀ ਅਸੀਂ ਦੇਖਿਆ ਵਾ ਕਿ ਇਹਨੂੰ ਹੈ ਜਿਹੜੀ ਲੀਡ ਤੁਸੀਂ ਕਰ ਰਹੇ ਹੋ, ਕੀ ਇਹ ਪ੍ਰੋਗਰਾਮ ਹੈ, ਕੀ ਏਜੰਡਾ ਅਤੇ ਕੀ ਸ਼ਹਿਰ ਵਾਸੀਆਂ ਦਾ ਇਸ ਨੂੰ ਫਾਇਦਾ? ਮੈਂ ਮਨਿੰਦਰ ਸਿੰਘ CF, ਮੈਂ ਜਿਹੜਾ ਸਵੱਛਤਾ ਹੀ ਸੇਵਾ ਦਾ ਪੰਦਰਵਾੜਾ ਮਨਾਇਆ ਜਾ ਰਿਹਾ, ਇਹ ਸਰਕਾਰ ਦੀਆਂ ਹਦਾਇਤਾਂ ਨੂੰ ਪ੍ਰਸ਼ਾਸਕ ਅਤੇ ਕਾਰਜ ਸਾਧਕ ਅਫਸਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਗਰ ਕੌਂਸਲ ਖੰਨਾ ਵੱਲੋਂ ਆਪਣੇ ਸੈਨੀਟੇਸ਼ਨ ਬ੍ਰਾਂਚ ਭਾਈਚਾਰਕ ਸਾਂਝ ਨਾਲ ਇੱਕ ਅਪੀਲ ਆ ਸ਼ਹਿਰ ਵਾਸੀਆਂ ਨੂੰ, ਕੋਈ ਸਾਫ਼ ਸਫਾਈ ਦਾ ਕੰਮ ਆ ਜਿਹੜਾ ਸਭ ਦੇ ਮਿਲ ਕੇ ਹੀ ਕਰਨ ਨਾਲ ਹੁੰਦਾ। ਇਹੀ ਜਿਹੜਾ ਮਹਾਤਮਾ ਗਾਂਧੀ ਜੀ ਦਾ ਇੱਕ ਮਿਸ਼ਨ ਸੀਗਾ, ਜਿਹੜਾ ਸੱਤਿਆਗ੍ਰਹਿ ਤੋਂ ਸਵੱਛਤਾ ਗ੍ਰਹਿ ਤੱਕ, ਇਹੀ ਇੱਕ ਸਰਕਾਰ ਨੇ ਇੱਕ ਮਿਸ਼ਨ ਰੱਖਿਆ ਹੋਇਆ ਜਿਹੜਾ ਕਿ 2 ਅਕਤੂਬਰ ਤੋਂ 16 ਅਕਤੂਬਰ ਤੱਕ ਜਿਹੜੇ ਸਰਕਾਰ ਦੀਆਂ ਹਦਾਇਤਾਂ ਆਈਆਂ ਨੇ, ਇਹਦੇ ਵਿੱਚ ਇੱਕ ਮੇਰਾ ਕੂੜਾ ਮੇਰੀ ਜ਼ਿੰਮੇਵਾਰੀ ਆ, ਜਿਹਦੇ ਵਿੱਚ ਕਿ ਸ਼ਹਿਰ ਵਾਸੀਆਂ ਨੂੰ ਅਪੀਲ ਆ ਕਿ ਆਪਣਾ ਕੂੜਿਆਂ ਦੇ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝਣ, ਆਪਣਾ ਕੂੜਾ ਸਮੇਟ ਕੇ ਰੱਖਣ ਅਤੇ ਉਹਨੂੰ ਜਿਹੜਾ ਆਪਣਾ ਰਾਹ ਦੇ ਵਿੱਚ ਗੱਡੀ ਦੇ ਵਿੱਚ ਜਾਂਦੇ ਹਾਂ, ਆਪਾਂ ਕਿਤੇ ਵੀ ਜਾਂਦੇ ਹਾਂ, ਸਟਰੀਟ ਫੂਡ ਖਾਂਦੇ ਹਾਂ, ਆਪਾਂ ਉੱਥੇ ਜਿਹੜਾ ਉਹਦੀ ਵੇਸਟੇਜ ਆ ਉੱਥੇ ਥਰੋ ਕਰ ਦਿੰਦੇ ਹਾਂ। ਜਦੋਂ ਆਪਾਂ ਸਫਾਈ ਕੀਤੀ ਜਾਂਦੀ ਆ, ਅਲੱਗ ਅਲੱਗ ਕੂੜਾ ਫੈਲਾਇਆ ਜਾਂਦਾ, ਉਹਨੂੰ ਸਮੇਟਣਾ ਬਹੁਤ ਦਿੱਕਤਾਂ ਦਾ ਸਾਹਮਣਾ ਹੁੰਦਾ ਸਾਡੇ ਕਰਮਚਾਰੀਆਂ ਨੂੰ। ਇਹੀ ਸ਼ਹਿਰ ਵਾਸੀਆਂ ਨੂੰ ਅਪੀਲ ਆ ਕਿ ਆਪਣਾ ਕੂੜਾ ਵਾ ਜਿਹੜਾ ਉਹਨੂੰ ਸਮੇਟਣ ਤਾਂ ਜੋ ਉਹਨੂੰ ਕਚਰੇ ਨੂੰ ਸਹੀ ਦਿਸ਼ਾ ਨਿਰਦੇਸ਼ਾਂ ਦੇ ਵਿੱਚ ਖਤਮ ਕੀਤਾ ਜਾ ਸਕੇ। ਜਿਵੇਂ ਕਿ ਮਨਿੰਦਰ ਜੀ ਨੇ ਵਧੀਆ ਗੱਲ ਕਹੀ ਹੈ ਕਿ ਆਪਾਂ ਮੈਂ ਜਿਹੜਾ ਚੱਕਦੇ ਹਾਂ ਕੂੜਾ ਸੁੱਟ ਦਿੰਦੇ ਹਾਂ, ਉਹਦਾ ਮਿਸਯੂਜ਼ ਹੁੰਦਾ ਅਤੇ ਫਿਰ ਆਪਾਂ ਕਹਿੰਦੇ ਹਾਂ ਸ਼ਹਿਰ ਸਾਫ਼ ਨਹੀਂ। ਆਪਾਂ ਨੂੰ ਵੀ ਇੱਕ ਰਿਸਪੋਂਸੀਬਲ ਸਿਟੀ ਜਾਂਦੀ ਜਿਹੜੀ ਜ਼ਿੰਮੇਵਾਰੀਆਂ ਨਿਭਾਉਣੀ ਚਾਹੀਦੀਆਂ। ਮੈਮ, ਦੇਖਿਆ ਵਾ ਕਿ ਉਰੇ ਅੱਜ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਹੋਇਆ ਵਾ, ਕੁਝ ਮੋਮੈਂਟਮਸ ਵਗੈਰਾ ਵੀ ਰੱਖੇ ਗਏ ਨੇ ਜਿਹੜੇ ਕਿ ਤੁਸੀਂ ਵੰਡਣੇ ਨੇ, ਇਹ ਕਿਹੜੇ ਯਾਨੀ ਕਿ ਜਿਨ੍ਹਾਂ ਨੇ ਬਹੁਤ ਅੱਛੀ ਆਪਣੀ ਪਰਫੋਰਮੈਂਸ ਦਿੱਤੀ ਹੈ ਇਸ ਮੁਹਿੰਮ ਦੇ ਵਿੱਚ, ਉਹਨਾਂ ਬਾਰੇ ਕੀ ਕਹਿਣਾ ਚਾਹੋਗੇ? ਸਤਿ ਸ਼੍ਰੀ ਅਕਾਲ, ਮੈਂ ਨਵਰੀਤ ਕੌਰ CF, ਨਗਰ ਕੌਂਸਲ ਖੰਨਾ। ਅੱਜ ਅਸੀਂ ਇੱਥੇ 2 ਅਕਤੂਬਰ ਗਾਂਧੀ ਜਯੰਤੀ ਮੌਕੇ ਇਕੱਠੇ ਹੋਏ ਹਾਂ। ਸਫਾਈ ਮੇਟ ਬੁਲਾਏ ਨੇ, ਸਫਾਈ ਮੇਟ ਦੇ ਵਿੱਚ ਜਿਹੜੇ ਸਫਾਈ ਮੇਟ ਜਾਂ ਸਫਾਈ ਸੇਵਕ ਵਧੀਆ ਕਾਰਗੁਜ਼ਾਰੀ ਕਰਦੇ ਨੇ, ਉਹਨਾਂ ਨੂੰ ਪਿਛਲੇ ਮਹੀਨੇ ਤੋਂ ਦੇਖਿਆ ਜਾਂਦਾ। ਹਰੇਕ ਮਹੀਨੇ ਨਗਰ ਕੌਂਸਲ ਖੰਨਾ ਵੱਲੋਂ ਇੱਕ ਸਵੱਛ ਕਰਮਚਾਰੀ ਆ ਜਿਹੜਾ ਉਹ ਕੱਢਿਆ ਜਾਂਦਾ, ਜਿਹੜਾ ਕਿ ਵਧੀਆ ਕਾਰਗੁਜ਼ਾਰੀ ਕਰਦਾ, ਵਧੀਆ ਇਲਾਕੇ ਦੇ ਵਿੱਚ ਕੰਮ ਕਰ ਰਿਹਾ, ਉਹਨੂੰ ਵੀ ਅੱਜ ਸਨਮਾਨਿਤ ਕੀਤਾ ਜਾਊਗਾ। ਬਾਕੀ ਅਸੀਂ ਵੱਖ ਵੱਖ ਅਦਾਰਿਆਂ ਦੇ ਵਿੱਚੋਂ ਵੀ 1 ਸਾਲ ਦੀ ਕਾਰਗੁਜ਼ਾਰੀ ਤਹਿਤ ਸਕੂਲ, ਕਾਲਜ, ਹੋਸਪਿਟਲ ਇਹ ਵੀ ਸਵੱਛ ਰੈਂਕਿੰਗ ਦੇ ਵਿੱਚ ਲੈ ਕੇ ਆ ਰਹੇ ਹਾਂ ਕਿ ਕਿਹੜਾ ਜਿਹੜਾ ਸਕੂਲ ਹੈ ਉਹ ਸਾਨੂੰ ਵਧੀਆ ਮਤਲਬ ਸਹਿਯੋਗ ਦੇ ਰਿਹਾ। ਅਤੇ ਬਾਕੀ ਘਰਾਂ ਦੇ ਵਿੱਚ ਜਿਹੜੇ ਲੋਕ ਹੋਮ ਕੰਪੋਸਟਿੰਗ ਕਰ ਰਹੇ ਨੇ, ਆਪਣੇ ਨੀਅਰ ਅਬਾਊਟ 150 ਤੱਕ ਘਰ ਨੇ ਜਿਹੜੇ ਹੋਮ ਕੰਪੋਸਟਿੰਗ ਕਰਨ ਲੱਗ ਚੁੱਕੇ ਨੇ ਖੰਨੇ ਵਿੱਚ, ਉਹਨਾਂ ਵਿੱਚੋਂ ਵੀ ਕੁਝ ਘਰਾਂ ਦੇ ਮੈਂਬਰਾਂ ਨੂੰ ਇੱਥੇ ਬੁਲਾਇਆ ਗਿਆ, ਜਿਨ੍ਹਾਂ ਨੂੰ ਅੱਜ ਸਨਮਾਨਿਤ ਕੀਤਾ ਜਾਊਗਾ। ਅਤੇ ਅਸੀਂ ਬਾਕੀ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਹਾਂ ਕਿ ਆਪਣਾ ਜਿਹੜਾ ਗਿੱਲਾ ਵੈੱਟ ਵੇਸਟ ਆ ਉਹਦੇ ਵਿੱਚੋਂ ਘਰ ਦੇ ਵਿੱਚ ਹੀ ਕੰਪੋਸਟਿੰਗ ਕੀਤੀ ਜਾਵੇ, ਤਾਂ ਜੋ ਆਪਾਂ ਆਪਣੇ ਜ਼ਿੰਮੇਵਾਰੀ ਸਮਝਦੇ ਹੋਏ ਆਪਣੀ ਭਾਗੀਦਾਰੀ ਸ਼ਹਿਰ ਨੂੰ ਸਾਫ਼ ਕਰਨ ਦੇ ਵਿੱਚ ਆਪਣੀ ਜ਼ਿੰਮੇਵਾਰੀ ਆ ਜਿਹੜੀ ਉਹ ਅਦਾ ਕਰ ਸਕੇ। ਥੈਂਕ ਯੂ ਵੈਰੀ ਮੱਚ ਜੀ। ਜਿਵੇਂ ਕਿ ਆਪਾਂ ਸੁਣਿਆ, ਬਹੁਤ ਵਧੀਆ ਇਹ ਅਭਿਆਨ ਹੈ। ਅੱਜ 2 ਅਕਤੂਬਰ ਆ ਗਾਂਧੀ ਜਯੰਤੀ, ਪਹਿਲਾਂ ਵੀ ਉਹਨਾਂ ਦੱਸਿਆ ਕਿ ਸਵੱਛਤਾ ਦੇ ਪ੍ਰਤੀ ਗਾਂਧੀ ਜੀ ਤੋਂ ਇਹ ਅਵੇਅਰਨੈਸ, ਇੱਕ ਆਪਾਂ ਨੂੰ ਚਾਨਣ ਮੁਨਾਰਾ ਮਿਲਿਆ ਜਿਹਨੂੰ ਕਿ ਅੱਜ ਆਪਾਂ ਸੇਧ ਲੈ ਕੇ ਇਸ ਹੱਦ ਤੱਕ ਪਹੁੰਚਿਆ। ਮੈਮ ਨੇ, ਸਰ ਨੇ, ਮਨਿੰਦਰ ਜੀ ਨੇ ਅਤੇ ਇਹਨਾਂ ਦੀ ਜਿਹੜੀ ਸਾਰੀ ਟੀਮ ਹੈ ਬਹੁਤ ਵਧੀਆ ਕਾਰਗੁਜ਼ਾਰੀ ਕਰ ਰਹੀ ਹੈ। ਅਸੀਂ ਦੇਖਿਆ ਵਾ ਕਿ ਇੱਥੇ ਉਹ ਮੈਂਬਰ ਸਾਹਿਬਾਨ ਵੀ ਨੇ ਅਤੇ ਉਹ ਪਰਿਵਾਰ ਵੀ ਆਏ ਨੇ ਜਿਨ੍ਹਾਂ ਨੇ ਕਿ ਇਸ ਦੇ ਵਿੱਚ ਬਹੁਤ ਵਧੀਆ ਯੋਗਦਾਨ ਪਾਇਆ। ਅਸੀਂ ਉਹਨਾਂ ਨੂੰ ਵੀ ਸੈਲਿਊਟ ਕਰਦੇ ਹਾਂ ਅਤੇ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਵੀ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਜਿਵੇਂ ਉਹਨਾਂ ਨੇ ਕਿਹਾ ਜਿਹੜੀ ਵੇਸਟੇਜ ਹੈ, ਵੈੱਟ ਵੇਸਟਿੰਗ ਹੈ, ਉਹਦਾ ਧਿਆਨ ਰੱਖੋ, ਕਿਉਂਕਿ ਮੂੰਹ ਨਾਲ ਕਹਿ ਦੇਣਾ ਬਹੁਤ ਸੌਖਾ ਹੈ ਕਿ ਸ਼ਹਿਰ ਆਪਾਂ ਸਾਫ਼ ਨਹੀਂ ਰੱਖਦੇ। ਆਪਣੀ ਹਰ ਇੱਕ ਦੀ ਵੀ ਇੱਕ ਸਿਟੀਜ਼ਨ ਹੋਣ ਦੇ ਨਾਤੇ ਬਹੁਤ ਵੱਡੀ ਜ਼ਿੰਮੇਵਾਰੀ ਬਣਦੀ ਹੈ ਅਤੇ ਅਸੀਂ ਵੀ ਜਿਹੜੀ ਇਸ ਮੁਹਿੰਮ ਹੈ ਉਹਦੇ ਵਿੱਚ ਆਪਣਾ ਪੂਰਾ ਸਾਥ ਦੇ ਰਹੇ ਹਾਂ। ਅਤੇ ਹੁਣ ਅਸੀਂ ਹੋਰ ਵੀ ਦੇਖਿਆ ਕਿ ਜਿਹੜੇ ਇੱਥੇ ਦੇ ਕਮੇਟੀ ਦੇ ਹੋਰ ਮੈਂਬਰ ਸਾਹਿਬਾਨ ਨੇ ਜਿਹੜੇ ਕਿ ਬਹੁਤ ਵਧੀਆ ਇਹਦੇ ਵਿੱਚ ਆਪਣੀ ਇਨਪੁਟ ਦੇ ਰਹੇ ਨੇ। ਕੀ ਨਾਮ ਹੈ ਸਰ ਆਪਣਾ? ਅਸ਼ਵਨੀ ਕੁਮਾਰ। ਅਸ਼ਵਨੀ ਜੀ, ਦੇਖਿਆ ਪਹਿਲਾਂ ਵੀ ਅਲੱਗ ਅਲੱਗ ਟਾਈਪ ਦੇ ਆਯੋਜਨ ਤੁਸੀਂ ਰੱਖਦੇ ਰਹਿੰਦੇ ਹੋ, ਕਿਉਂਕਿ ਸ਼ਹਿਰ ਨੂੰ ਸਾਫ਼ ਅਤੇ ਸ਼ਹਿਰ ਨੂੰ ਸਵੱਛ ਰੱਖਣ ਦੀ ਜਿਹੜੀ ਜ਼ਿੰਮੇਵਾਰੀ ਉਹ ਕਮੇਟੀ ਦੇ ਮੋਢਿਆਂ 'ਤੇ ਹੁੰਦੀ ਹੈ, ਅਤੇ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਸਰ, ਇਹ ਪ੍ਰਸ਼ਾਸਕ ਸਾਡੇ ਸੰਦੀਪ ਸਿੰਘ ਜੀ ਦੀ ਅਤੇ ਕਾਰ ਸਾਧਕ ਅਫਸਰ ਚਰਨਜੀਤ ਸਿੰਘ ਜੀ ਦੀ ਰਹਿਨੁਮਾਈ ਹੇਠ ਅੱਜ 2 ਅਕਤੂਬਰ ਦਾ ਅਸੀਂ ਇਹ ਪ੍ਰੋਗਰਾਮ ਲਿਖ
थैंक यू वेरी मच जी। जिमें कि आप सुनिया आयोजन बहुत अच्छा है, यहोजे आयोजन ने जोड़े रह रह के करने चाहिए ने ताकि आप लोगों भी जागरूक कर सकी, आप एक नागरिक होने के नाते जागरूक हो सकी। असी भी इस संबंध में कमेटी बधाई की पात्र है जिड़े कि यहोजे अभियान चला रही है। मैं हरप्रीत आलूवालिया, मेरे साथी विक्की वडेरा जी, थैंक यू वेरी मच।